ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਨੇਹਾ ਦਾ ਵੀਜ਼ੋ ਅਫੀਕਟੋ ਇੱਕ ਵਾਰ ਫੇਰ ਹਾਜ਼ਰ ਹੋਈਆਂ ਕੈਨੇਡਾ ਸਟੱਡੀ ਵੀਜ਼ੇ ਦੀ ਹੈ ਲੇਟੈਸ ਅਪਡੇਟਸ ਲੈ ਕੇ ਸੋ ਇਸ ਮੰਚ ਤੇ ਥਰੂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਜੋ ਵੀ ਲੇਟੈਸ ਅਪਡੇਟ ਆਵੇ ਮੈਂ ਤੁਹਾਡੇ ਤੱਕ ਪ੍ਰੋਵਾਈਡ ਕਰਵਾਵਾਂ ਸੋ ਅੱਜ ਆਪਾਂ ਹੁਣ ਪਰਟੀਕুলਰ ਗੱਲ ਕਰਾਂਗੇ ਸਪਾਊਸ ਵੀਜ਼ਾ ਵਾਸਤੇ ਕਿਉਂਕਿ ਬਹੁਤ ਕਨਫਿਊਜ਼ਨ ਹੈਗੀ ਆ ਸਟੂਡੈਂਟਸ ਕਿਉਂਕਿ ਜਦੋਂ ਦੀਆਂ ਨਵੀਆਂ ਅਨਾਉਂਸਮੈਂਟਸ ਹੋਈਆਂ ਤਾਂ ਸਾਰਿਆਂ ਨੂੰ ਲੱਗ ਰਿਹਾ ਕਿ ਸਪਾਊਸ ਵੀਜ਼ਾ ਬੈਨ ਹੋ ਗਿਆ ਵਾ ਬੰਦ ਹੋ ਗਿਆ ਵਾ ਬਟ ਰਿਐਲਿਟੀ ਕੀ ਹੈ ਕਿ ਰਿਐਲਿਟੀ ਇਹ ਹੈਗੀ ਆ ਕਿ ਉਹਨਾਂ ਨੇ ਇਹ ਅਨਾਉਂਸ ਕੀਤਾ ਹੈ ਕਿ ਹੁਣ ਸਪਾਊਸ ਵੀਜ਼ਾ ਮਤਲਬ ਮੇਨ ਐਪਲੀਕੈਂਟ ਆਪਣੇ ਸਪਾਊਸ ਨੂੰ ਕਿਸ ਕੰਡੀਸ਼ਨਸ ਨਾਲ ਲੈ ਕੇ ਜਾ ਸਕਦਾ ਸਭ ਤੋਂ ਮੇਨ ਕੰਡੀਸ਼ਨ ਕੀ ਹੈ ਕਿ ਉਹਦਾ ਮਾਸਟਰ ਪ੍ਰੋਗਰਾਮਸ ਜਾਂ ਪੀ ਐਚ ਡੀ ਹੋਣਾ ਚਾਹੀਦਾ ਅਗਰ ਸਟੂਡੈਂਟ ਮਾਸਟਰ ਪ੍ਰੋਗਰਾਮ ਦੇ ਵਿੱਚ ਜਾ ਰਿਹਾ ਹੈ ਪੀ ਐਚ ਡੀ ਦੇ ਵਿੱਚ ਜਾ ਰਿਹਾ ਤਾਂ ਉਹਦਾ ਸਪਾਊਸ ਨਾਲ ਜਾ ਸਕਦਾ ਵਾ ਆਦਰਵਾਇਸ ਉਹ ਜਦੋਂ ਉੱਥੇ ਆਪਣੀ ਸਟੱਡੀ ਕੰਪਲੀਟ ਕਰੇਗਾ ਆਪਣੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਆਏਗਾ ਦੈਨ ਉਹ ਆਪਣੇ ਸਪਾਊਸ ਦਾ ਅਪਲਾਈ ਕਰ ਸਕਦਾ ਸੋ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਕੀ ਹੈ ਕਿ ਹਾਲੇ ਡੇਟ ਇੰਪਲੀਮੈਂਟ ਨਹੀਂ ਹੋਈਆ ਡੇਟ ਅਨਾਂ ਨਹੀਂ ਹੋਈ ਆ ਸੋ ਜਿਹੜੇ ਸਟੂਡੈਂਟਸ ਆਪਣੇ ਸਪਾਊਸ ਨੂੰ ਬੁਲਾਣਾ ਚਾਹੁੰਦੇ ਆ ਚਾਹੇ ਉੱਥੇ ਆ ਚਾਹੇ ਉਹਨਾਂ ਨੇ ਹੁਣ ਇੱਥੇ ਫਾਈਲ ਲਗਾਨੀ ਆ ਤਾਂ ਸਟਿਲ ਆਪਣੀ ਫਾਈਲ ਲਗਾ ਸਕਦੇ ਆ ਕਿਉਂਕਿ ਹਾਲੇ ਡੇਟ ਜਦ ਤੱਕ ਇੰਪਲੀਮੈਂਟ ਜਾਂ ਅਨਾਉਂਸ ਨਹੀਂ ਹੁੰਦੀ ਆ ਤੱਤਾਂ ਕੇ ਰੂਲ ਇੰਪਲੀਮੈਂਟ ਨਹੀਂ ਹੋਇਆ ਵਾ ਸੋ ਇੱਚ ਬਹੁਤ ਵੱਡੀ ਕਨਫਿਊਜ਼ਨ ਹੈਗੀ ਆ ਸੋ ਮੈਂ ਕਹੂੰਗੀ ਰਾਈਟ ਟਾਈਮ ਹੈਗਾ ਵਾ ਜਿਨਾਂ ਦੇ ਸਟੂਡੈਂਟਸ ਜਿਹੜੇ ਉੱਥੇ ਹੈਗੇ ਔਰ ਆਪਣੇ ਸਪਾਊਸ ਦੀ ਫਾਈਲ ਲਗਾਉਣਾ ਚਾਹੁੰਦੇ ਆ ਬਿਲਕੁਲ ਡਿਲੇ ਨਾ ਕਰਨ ਜਿਨ੍ਹਾਂ ਨੇ ਨਵੀਆਂ ਫਾਈਲਸ ਵੀ ਲਗਾਨੀਆਂ ਓ ਵੀ ਸਪਾਊਸ ਦੇ ਨਾਲ ਲਗਾਉਣਾ ਚਾਹੁੰਦੇ ਆ ਤਾਂ ਉਹਨੂੰ ਵੀ ਡਿਲੇ ਨਾ ਕਰਨ ਸੋ ਮੋਰ ਡਿਟੇਲਸ ਲਈ ਤੁਸੀਂ ਕਾਲ ਕਰ ਸਕਦੇ ਹੋ ਦਾ ਵੀਜ਼ਾ ਆਫਿਕ 90410 90410 ਸੈਕਰੀਟ